अज हाई कोर्ट के वलों डीजे नूं लैके एक नवां जिहड़ा कि फैसला लिया गया है। व्याहां दे विच डीजे लोग लगा के अपना मनोरंजन जिहड़ा करदे सीगे, पर उत्थे ही जिहड़ा अज हाई कोर्ट के वलों इस चीज़ ते रोक ला दित्ती गई है। नाल इत्थे जे दस दईए कि व्याह दे विच जे घर दे विच तुसीं प्रोग्राम कर रहे जां कोई भी टेंट लगा के प्रोग्राम घर दे विच तुसीं डीजे चला सकदे। जे गल करिए मैरिज पैलेस जां होटल जां होर जगह ते किते भी जे तुसीं डीजे चलाउंदे जे तुहानूं जिहड़ी हरेक गाने दी जिहड़ी परमिशन लैणी पवेगी। साडे नाल लोक इत्थे मौजूद ने, असीं उहनां तों जाणन दी कोशिश करांगे किस तरां जिहड़ा देखदे ने हाई कोर्ट दा जिहड़ा फैसला उहनूं देखदे ने, किस तरां जिहड़ा अज फैसला लिया गया हैगा डीजे नूं लै के किस तरां देखदे सी। बई जी बेशक हाई कोर्ट दे कोर्टां दे फैसलां 'च सानूं नहीं बोलना चाहीदा, पर जो लोक हित दे उल्ट जांदा फैसला तो ते सानूं अपनी आवाज़ बुलंद करनी पैंदी है। बेशक हर सरकार साडे कोल इक चीज़ तों लै के लास्ट तक हर वस्तु ते टैक्स वसूलती है, सिर्फ ਵਿਆਹ ਤੇ ਇੱਕ ਡੀਜੇ ਸਿਸਟਮ ਹੀ ਰਹਿ ਗਿਆ ਸੀਗਾ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਚਲਾ ਸਕਦਾ ਸੀ। ਹੁਣ ਸਰਕਾਰ ਨੇ ਹਾਈ ਕੋਰਟ ਦੇ ਰਾਹੀਂ ਇੱਥੇ ਬੈਨ ਲਵਾ ਕੇ ਇੱਕ ਤਾਂ ਜਿਹੜੇ ਡੀਜੇ ਸਿਸਟਮ ਵਾਲੇ ਆ ਉਹਨਾਂ ਦੇ ਰੁਜ਼ਗਾਰ ਤੇ ਭਾਰੂ ਪਾਈ ਹੈ, ਉਹ ਤੋਂ ਬਾਅਦ ਲੋਕਾਂ ਦੇ ਵਿਆਹਾਂ ਦੇ ਸਮਾਗਮ ਪਾਰਟੀਆਂ ਵਗੈਰਾ ਦੇ ਸਮਾਗਮ ਹੋਰ ਮਹਿੰਗੇ ਹੋ ਜਾਣਗੇ। ਲੋਕ ਤਾਂ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿੱਚ ਗੁਜ਼ਰ ਰਹੇ ਨੇ, ਖਰਚੇ ਲੋਕਾਂ ਦੇ ਇੰਨੇ ਹੋ ਚੁੱਕੇ ਨੇ ਕਿ ਖਰਚੇ ਪੂਰੇ ਨਹੀਂ ਹੁੰਦੇ। ਹੋਰ ਸਰਕਾਰਾਂ ਨਵੇਂ ਤੋਂ ਨਵਾਂ ਟੈਕਸ ਪਾ ਕੇ ਲਾਇਸੈਂਸ ਲੈ ਕੇ ਹੋਰ ਰੋਜ਼ਾਨਾ ਬੰਦਿਆਂ ਦੇ ਲੋਕਾਂ 'ਤੇ ਭਾਰ ਪੈ ਰਹੀ ਹੈ। ਕੁਝ ਲੋਕ ਇਸੇ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਕਿਉਂਕਿ ਇੱਥੇ ਕੁਝ ਮਿਲ ਹੀ ਨਹੀਂ ਰਿਹਾ। ਕੰਮ ਕਰਨ ਦੇ ਬਾਵਜੂਦ ਬੰਦੇ ਨੂੰ ਹਰ ਚੀਜ਼ 'ਤੇ ਇੱਕ ਇੱਕ ਚੀਜ਼ 'ਤੇ ਦਸ ਦਸ ਵਾਰੀ ਟੈਕਸ ਦੇਣਾ ਪੈਂਦਾ ਵੈ। ਉਹ ਭਾਵੇਂ ਖਾਣ ਵਾਲੀ ਚੀਜ਼ ਹੈ, ਪੀਣ ਵਾਲੀ ਚੀਜ਼ ਹੈ, ਵਰਤਣ ਵਾਲੀ ਚੀਜ਼ ਹੈ। ਉਸ ਤੋਂ ਬਾਅਦ ਹੁਣ ਤੁਸੀਂ ਡੀਜੇ ਦੇ ਵੀ ਸਿਸਟਮ 'ਤੇ ਵੀ ਲਾਤਾ। ਹੁਣ ਦੇਖੋ ਡੀਜੇ ਦੀ ਪਰਮਿਸ਼ਨ ਕਿਹਦੇ ਕੋਲ ਲੈਣੀ ਹੈ? ਟੀ ਸੀਰੀਜ਼ ਤੋਂ। ਕਿਉਂ ਉਹਦੇ 'ਚ ਜ਼ਿਲ੍ਹਾ ਪੱਧਰ 'ਤੇ ਲਵੇ ਬੰਦਾ ਪਰਮਿਸ਼ਨ ਜੇ ਲੈਣੀ ਆ ਤਾਂ ਹੁਣ ਕਿਹੜਾ ਬੰਦਾ ਇੱਥੋਂ ਬੰਬੇ ਦੀ ਟੀ ਸੀਰੀਜ਼ ਕੋਲ ਪਰਮਿਸ਼ਨ ਲੈਣ ਜਾਏਗਾ? ਜੇ ਉਹ 10,000 ਦੇ ਡੀਜੇ ਪਾਏ ਆ ਉਹ ਕਿੱਥੋਂ ਪੈਸੇ ਪੂਰੇ ਕਰੇਗਾ ਅਤੇ ਕਿੱਥੋਂ ਕਾਰੋਬਾਰ ਚਲਾਏਗਾ? ਇਸ ਕਰਕੇ ਅਸੀਂ ਇਸ ਨੂੰ ਹਾਈ ਕੋਰਟ ਨੂੰ ਅਪੀਲ ਕਰਾਂਗੇ ਕਿ ਕਹਿੰਦੇ ਤੇ ਦੁਬਾਰਾ ਸੋਚਿਆ ਜਾਵੇ, ਕੇਂਦਰ ਸਰਕਾਰ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਦਰਕਿਨਾਰ ਕਰਕੇ ਲੋਕ ਹਿੱਤ ਵਿੱਚ ਨਿਰਣਾ ਲਵੇ। ਸਾਡੇ ਨਾਲ ਇੱਥੇ ਹੋਰ ਵੀ ਲੋਕ ਮੌਜੂਦ, ਉਹਨਾਂ ਨੂੰ ਜਾਣਨ ਕਰਾਂ ਕਿਸ ਤਰ੍ਹਾਂ ਦੇਖਦੇ ਜੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਡੀਜੇ ਨੂੰ ਲੈ ਕੇ, ਇਹਨਾਂ ਚੀਜ਼ਾਂ ਦੇ ਨਾਲ ਹੋਰ ਆਮ ਪਬਲਿਕ 'ਤੇ ਬੋਝ ਪਵੇਗਾ? ਜ਼ਰੂਰ ਪਵੇਗਾ ਜੀ, ਬਹੁਤ ਜ਼ਿਆਦਾ ਬੋਝ ਪਵੇਗਾ। ਇੱਕ ਗਰੀਬ ਬੰਦਾ ਜਿਹੜਾ ਮਿਡਲ ਕਲਾਸ ਦਾ, ਮਿਡਲ ਕਲਾਸ ਤੋਂ ਵੀ ਥੱਲੇ ਦਾ, ਜਿਹੜੇ ਬੰਦੇ ਨੇ 20-30 ਹਜ਼ਾਰ 'ਚ ਪ੍ਰੋਗਰਾਮ ਵਿਆਹ ਕਰ ਲੈਣਾ ਹੁੰਦਾ, ਉਹਨੇ ਉਹਦੇ ਜਿੰਨਾ ਮੇਲੀ ਹੁੰਦੇ ਆ ਪਰਿਵਾਰਕ ਮੈਂਬਰ ਹੁੰਦੇ ਉਹਦੇ 'ਚ ਮਨੋਰੰਜਨ ਕਰ ਲੈਣਾ ਕੋਈ 2-3 ਹਜ਼ਾਰ 'ਚ, ਉਹ ਹੁਣ ਨਹੀਂ ਕਰ ਪਾਏਗਾ। ਕਿਉਂਕਿ ਜਿਹੜੇ ਹਾਈ ਕੋਰਟ ਨੇ ਇਹ ਕਹਿਤਾ ਵੀ ਇਹਦੀ ਟੀ ਸੀਰੀਜ਼ ਤੋਂ ਮਨਜ਼ੂਰੀ ਲੈਣੀ ਪੈਣੀ ਹੈ, ਇਹਦਾ ਬਕਾਇਦਾ ਲਾਇਸੈਂਸ ਬਣੇਗਾ। ਜਿਹੜੇ ਬੰਦੇ ਨੇ ਲਾਇਸੈਂਸ ਲਿਆ ਹੋਵੇਗਾ ਉਹ ਕੋਈ 2-3 ਹਜ਼ਾਰ 'ਚ ਪ੍ਰੋਗਰਾਮ ਫੰਕਸ਼ਨ ਵਗੈਰਾ ਨਹੀਂ ਕਰੇਗਾ, ਉਹਦਾ ਫੰਕਸ਼ਨ ਹੀ ਘੱਟ ਤੋਂ ਘੱਟ 30-40 ਹਜ਼ਾਰ ਤੋਂ ਸਟਾਰਟ ਹੋਏਗਾ, ਜਿੱਥੋਂ ਕਿ ਜਿੰਨੀ ਅਮਾਊਂਟ ਦੇ ਵਿੱਚ ਗਰੀਬ ਬੰਦੇ ਨੇ ਇੱਕ ਵਿਆਹ ਕਰ ਲੈਣਾ ਹੁੰਦਾ। ਅਤੇ ਕਿਸ ਤਰ੍ਹਾਂ ਦੇਖਦੇ ਜੀ ਇਸ ਚੀਜ਼ ਦਾ ਜਿਹੜਾ ਕਿ ਫੈਸਲੇ ਨੂੰ ਹਾਈ ਕੋਰਟ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ? ਜ਼ਰੂਰ ਜੀ, ਹਾਈ ਕੋਰਟ ਨੂੰ ਇਸ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਵਟਾਂਦਰਾ ਆਪਣੇ ਬੈਂਚ ਨਾਲ ਡਿਸਕਸ਼ਨ ਕਰਕੇ ਸੋਚਣਾ ਪਵੇਗਾ। ਕਿਉਂਕਿ ਇੱਕ ਗਰੀਬ ਪਹਿਲਾਂ ਹੀ ਬਹੁਤ ਨੀਵੇਂ ਪੱਧਰ ਦੀ ਜ਼ਿੰਦਗੀ ਜਿਉਂ ਰਿਹਾ, ਗਰੀਬ ਦਰਬਦਾ ਗਰੀਬ ਹੁੰਦਾ ਜਾ ਰਿਹਾ, ਅਮੀਰ ਅਮੀਰ ਹੁੰਦਾ ਜਾ ਰਿਹਾ। ਜਿਹੜਾ ਗਰੀਬ ਬੰਦਾ ਉਹ ਇਹ ਬਿਜ਼ਨਸ ਜਿੱਦਾਂ ਬਿਜ਼ਨਸ ਹੈ, ਇੱਕ ਗਰੀਬ ਬੰਦਾ ਵੀ ਬਿਜ਼ਨਸ ਕਰਦਾ, ਠੀਕ ਹੈ, ਉਹਦੇ ਨਾਲ ਕਈ 4 ਬੰਦੇ ਕੰਮ ਕਰਨ ਵਾਲੇ ਦਿਹਾੜੀ 'ਤੇ ਜਾਂਦੇ ਆ, ਪੈਸੇ ਕਲੈਕਸ਼ਨ ਵਾਲੇ ਆ, ਜਾਂ ਕੋਈ ਗਾਣਾ ਵਜਾਉਣ ਵਾਲੇ, ਜਾਂ ਕੋਈ ਸਮਾਨ ਚੱਕਣ ਵਾਲੇ ਆ, ਉਹ ਗਰੀਬ ਬੰਦਾ ਫੋਰਸ ਨਹੀਂ ਕਰ ਪਾਏਗਾ। ਸਾਡੇ ਨਾਲ ਇੱਥੇ ਇੱਕ ਹੋਰ ਨੌਜਵਾਨ ਜਿਹੜੇ ਕਿ ਮੌਜੂਦ, ਕਿਸ ਤਰ੍ਹਾਂ ਦੇਖਦੇ ਜਿਹੜੇ ਡੀਜੇ ਵਾਲੇ ਲੋਕ ਨੇ ਕੰਮਕਾਰ ਕਰਦੇ ਨੇ, ਆਪਣਾ ਰੁਜ਼ਗਾਰ ਚਲਾਉਂਦੇ ਪਏ ਨੇ, ਕਿਵੇਂ ਉਹਨਾਂ ਦੇ ਰੁਜ਼ਗਾਰ 'ਤੇ ਇਸ ਚੀਜ਼ ਦਾ ਅਸਰ ਪਏਗਾ? ਹਾਂਜੀ ਜੀ, ਆ ਜ਼ਰੂਰ ਉਹਨਾਂ ਦੇ ਰੁਜ਼ਗਾਰ 'ਤੇ ਫਰਕ ਪਊਗਾ, ਕਿਉਂਕਿ ਮਹਿੰਗਾਈ ਅੱਗੇ ਬਹੁਤ ਹਰੇਕ ਚੀਜ਼ ਦੇ, ਅਤੇ ਉਹਨਾਂ ਨੂੰ ਵੀ ਹੁਣ ਸੌਂਗ ਅੱਗੋਂ ਪਰਚੇਜ਼ ਕਰਨੇ ਪੈਣੇ ਆ, ਅਤੇ ਉਹਦੇ ਕਰਕੇ ਹੀ ਹਰੇਕ ਬਰਡਨ 'ਤੇ ਹਰੇਕ ਬੰਦੇ 'ਤੇ ਪੈਂਦਾ ਜੀ ਆ ਚੀਜ਼। ਅਤੇ ਵਿਆਹਾਂ ਦੇ ਵਿੱਚ ਜੇ ਰੌਣਕ ਦੀ ਗੱਲ ਕਰੀਏ, ਡੀਜੇ ਤੋਂ ਬਗੈਰ ਜਿਹੜੀ ਰੌਣਕ ਨਹੀਂ ਹੁੰਦੀ ਵਿਆਹ ਦੇ ਵਿੱਚ, ਨਹੀਂ ਮੰਨੀ ਜਾਂਦੀ ਜੇ ਗੱਲ, ਕੁਛ ਗਾਣੇ ਨੇ ਹੈਗੇ ਨੇ ਜਾਂ 5 ਜਾਂ 10 ਗਾਣੇ ਦੇ ਨਾਲ ਸਾਰੇ ਵਿਆਹ ਦੇ ਵਿੱਚ ਮੁਸ਼ਕਲ ਨਾ ਹੋਏਗਾ? ਹਾਂਜੀ ਹਾਂਜੀ, ਮੁਸ਼ਕਲ ਤਾਂ ਆਉਂਦਾ, ਹਰੇਕ ਬੰਦੇ ਦੀ ਵੱਖ ਵੱਖ ਪਸੰਦ ਹੈ। ਹੁਣ ਜੇ ਸਿਲੈਕਟਿਡ ਸੌਂਗ ਹੀ ਚੱਲਣਗੇ ਫਿਰ ਉਹਦੇ ਕਰਕੇ ਲੋਕਾਂ 'ਚ ਵੀ ਕੋਈ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਊਗਾ। ਸਾਡੇ ਨਾਲ ਇੱਥੇ ਇੱਕ ਹੋਰ ਨੌਜਵਾਨ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਦੇਖਦੇ ਜੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦਾ ਰੁਜ਼ਗਾਰ 'ਤੇ ਵੀ ਫਰਕ ਪਵੇਗਾ, ਨਾਲ ਵਿਆਹਾਂ ਦੇ ਵਿੱਚ ਵੀ ਇਸ ਚੀਜ਼ ਦਾ, ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਕਿਸ ਤਰ੍ਹਾਂ ਮੰਨਦੇ? ਨਹੀਂ, ਇਹ ਫੈਸਲੇ ਨਾਲ ਨੌਜਵਾਨਾਂ ਦੇ ਰੁਜ਼ਗਾਰ ਉੱਪਰ ਤਾਂ ਬਹੁਤ ਫਰਕ ਪਏਗਾ, ਕਿਉਂਕਿ ਇੱਕ ਤੋਂ ਪਹਿਲਾਂ ਨੌਕਰੀ ਨਹੀਂ ਮਿਲਦੀਆਂ, ਉੱਪਰੋਂ ਸਰਕਾਰ ਇਹੋ ਜਿਹੇ ਜਦੋਂ ਨਿਯਮ ਬਣਾ ਰਹੀ ਹੈ ਤਾਂ ਇਹਦੇ ਨਾਲ ਬਹੁਤ ਮੁਸ਼ਕਲ ਹੋ ਰਹੀ ਹੈਗੀ, ਕਿਉਂਕਿ ਇੱਕ ਡੀਜੇ ਵਾਲਾ ਦਾ ਇੰਨਾ ਲਾਇਸੈਂਸ ਬਣਾਉਣਾ ਵੀ ਉਹਨੂੰ ਬਹੁਤ ਮੁਸ਼ਕਲ ਹੈ, ਇੱਕ ਮਨਜ਼ੂਰੀ ਲੈਣੀ ਉੱਤੋਂ ਉੱਪਰੋਂ ਬਹੁਤ ਪ੍ਰੋਬਲਮ ਹੋ ਜਾਂਦੀ ਆ। ਬਾਕੀ ਸਰਕਾਰ ਨੂੰ ਇਸ ਫੈਸਲੇ ਬਾਰੇ ਸੋਚਣਾ ਚਾਹੀਦਾ, ਇੱਕ ਵਾਰੀ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹ ਸਾਨੂੰ ਆਮ ਪਬਲਿਕ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਦੱਸਿਆ ਜਾਂਦਾ ਕਿ ਜਿਹੜਾ ਡੀਜੇ ਦਾ
फैसला लिया गया मानयोग हाई कोर्ट के वालों इस फैसले को जरा कि दोबारा दोहराना चाहिए, सोच समझना चाहिए, क्योंकि कई रुजगार जरा इस चलता है। आम जरा कि दिहाड़ीदार जरा कि वह भी इन रुजगार जुड़े कई घर जरा कि रोटी का गुजारा इस सिस्टम के नाल जरा कि चलता है। जे गल करिए व्याहों के परमिशन लेनी पेगी, होर भी जो खर्चे होर वधनगे, महंगाई जी अगे जी कि आम पब्लिक के बड़ा बोझ जरा कि बनया है। हुण आम पब्लिक का यही कहना है कि मानयोग हाई कोर्ट में इस फैसले को जरा कि सोचना चाहिए है, दोबारा तो इस फैसले कई जरा कि रुजगार होर भी जरा कि बंद होंगे। कैमरामैन सिमरन सिद्धू, पंजाब टूडे, फिरोजपुर।